ਠੀਕ ਆ, ਮੈਨੂੰ ਪਤਾ ਨਹੀਂ ਆ ਲੱਗਦਾ ਪਤਾ, ਮੈਨੂੰ ਪਤਾ ਤੇਰਾ ਕਸੂਰ ਹੀ ਨਹੀਂ ਕੋਈ ਪੁੱਤ, ਮੈਂ ਸਮਝਦਾ। ਮੇਰੀ ਇਹਨੇ ਪਹਿਲਾਂ ਮੈਨੂੰ ਬਹੁਤ ਕੁੱਟਿਆ, ਮੇਰੇ ਕੋਲ 4 ਮਹੀਨੇ ਰਹੀ। ਦੋ ਬੱਚਿਆਂ ਦੀ ਮਾਂ ਆ ਤੁਹਾਡੇ, ਦੋ ਬੇਟੇ ਘਰ 'ਚ ਖੇਡਦੇ ਫਿਰਦੇ ਆ ਜਿਹੜੇ, ਉਹਨਾਂ ਦੀ ਮਾਂ ਆ। ਜੇ ਤੁਸੀਂ ਰਲ ਕੇ ਸਾਥ ਦਿਓ ਤਾਂ ਹਰਪ੍ਰੀਤ ਬਿਲਕੁਲ ਠੀਕ ਹੋ ਜੂ ਮੇਰੀ ਛੋਟੀ ਭੈਣ। ਗਲੀ 'ਚ ਖੜੇ ਨੇ ਮੇਰੇ ਆਪਦੇ ਸਹੁਰੇ ਦੇ ਸਾਹਮਣੇ, ਇਹੋ ਜਿਹਾ ਮਾਰਿਆ ਥੱਪੜੇ ਦੇ ਖਾਸ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਡੀ ਧੀ ਆ ਜੀ ਹਰਪ੍ਰੀਤ ਕੌਰ, ਅਸੀਂ ਇਹਦਾ ਚਿਹਰਾ ਬਲਰ ਕੀਤਾ ਹੋਇਆ ਇਸ ਕਰਕੇ ਕਿਉਂਕਿ ਇਹ ਸਾਡੀ ਧੀ ਆ, ਸਾਡੇ ਪਰਿਵਾਰ ਦੀ ਇੱਜ਼ਤ। ਬਾਪੂ ਜੀ ਤੁਹਾਡਾ ਕੀ ਨਾਂ? ਹਰਭਜਨ ਸਿੰਘ ਆ ਬਾਈ ਜੀ ਦਾ ਨਾਂ। ਇਹਨਾਂ ਦੀ ਬੇਟੀ ਆ, ਬੇਟੀ ਵਿਆਹਤੀ 2014 'ਚ, ਅੱਜ 2024 'ਚ ਖੜੇ ਹਾਂ। 10 ਸਾਲ ਹੋ ਗਿਆ, 7 ਸਾਲ ਦਾ ਇੱਕ ਬੇਟਾ, ਇੱਕ 5-6 ਸਾਲ ਦਾ ਬੇਟਾ ਵਾ। ਬੇਟੇ ਤਾਂ ਸਹੁਰੀ ਰਹਿੰਦੇ ਆ, ਰੱਖ ਲਏ ਦਾਦੇ ਦਾਦੀ ਨੇ, ਪਿਓ ਨੇ। ਇਹ ਮੈਂਟਲੀ ਠੀਕ ਨਹੀਂ ਭੈਣ, ਡਿਪਰੈਸ਼ਨ ਦੇ ਵਿੱਚ ਆ। ਇਹਦਾ ਇਲਾਜ ਵੀ ਕਰਾਓ ਭਾਈ, ਸਾਡੀ ਹੱਥ ਜੋੜ ਕੇ ਬੇਨਤੀ ਆ। ਜੇ ਵੀਰੇ ਤੈਨੂੰ ਪ੍ਰੋਬਲਮ ਆ ਜਾਂਦੀ ਬਾਈ ਦੀ ਵੀ ਇੱਦਾਂ ਦੀ, ਤਾਂ ਫਿਰ ਕੀ ਤੁਸੀਂ ਮਹਿਸੂਸ ਕਰਦੇ ਇਸ ਗੱਲ ਨੂੰ ਵੀ ਇਹ ਤੁਹਾਨੂੰ ਕੇਅਰ ਨਾ ਕਰਦੀ, ਤੁਹਾਨੂੰ ਦਵਾਈ ਨਾ ਦਵਾਉਂਦੀ, ਤੁਹਾਡਾ ਸਾਥ ਨਾ ਦਿੰਦੀ, ਤੁਹਾਡਾ ਖਿਆਲ ਨਾ ਰੱਖਦੀ? ਮਾੜਾ ਚੰਗਾ ਸਮਾਂ ਦੋਨਾਂ ਦੇ ਵਿੱਚੋਂ ਕਿਸੇ 'ਤੇ ਵੀ ਆ ਸਕਦਾ। ਤੀਵੀਂ ਤੁਹਾਡੀ, ਜੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਸਮਝਦੇ ਹੋ ਵੀ ਪੈਰ ਦੀ ਜੁੱਤੀ ਆ, ਫਿਰ ਤਾਂ ਬੜੀ ਦੁੱਖ ਅਤੇ ਸ਼ਰਮ ਦੀ ਗੱਲ। ਅਤੇ ਜੇ ਤੁਸੀਂ ਆਪਣੇ ਆਪ ਨੂੰ ਮਰਦ ਸਮਝਦੇ ਹੋ ਤਾਂ ਤੁਸੀਂ ਇਹਦਾ ਸਾਥ ਨਹੀਂ ਦੇ ਰਹੇ, ਇਹ ਉਸ ਤੋਂ ਵੀ ਵੱਡੀ ਦੁੱਖ ਦੀ ਗੱਲ। ਸਾਡੀ ਹੱਥ ਜੋੜ ਕੇ ਬੇਨਤੀ, ਦੋ ਬੱਚਿਆਂ ਦੀ ਮਾਂ ਆ ਤੁਹਾਡੇ, ਦੋ ਬੇਟੇ ਘਰ 'ਚ ਖੇਡਦੇ ਫਿਰਦੇ ਆ ਜਿਹੜੇ, ਉਹਨਾਂ ਦੀ ਮਾਂ ਆ। ਅਸੀਂ ਬਿਨਾਂ ਨਾਮ ਲਏ ਕਿਸੇ ਪਿੰਡ ਦਾ ਕਿਸੇ ਦਾ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਸਾਥ ਦੇ ਵੀਰੇ। ਦਵਾਈ ਇੱਥੋਂ ਸਾਡੇ ਕੋਲ ਸ਼ੁਰੂ ਹੋ ਚੁੱਕੀ ਆ, ਇਲਾਜ ਅਤੇ ਖਰਚਾ ਕੋਈ ਨਹੀਂ ਆਉਣਾ, ਸਿਰਫ ਮਹੀਨੇ ਬਾਅਦ ਦਵਾਈ ਲੈਣ ਆਉਣਾ। ਪਰ ਇਹ ਠੀਕ ਤਾਂ ਹੋਊਗੀ, ਦਵਾਈ 30 ਪੈਸੇ ਕੰਮ ਕਰਦੀ ਹੈ, 70 ਪੈਸੇ ਕੰਮ ਕਰਨਾ ਤੁਹਾਡੇ ਘਰ ਦਾ ਮਾਹੌਲ, ਉਸ ਮਰੀਜ਼ ਦੇ ਨਾਲ ਤੁਹਾਡਾ ਵਤੀਰਾ ਕਿੱਦਾਂ ਦਾ ਵਾ। ਅਤੇ ਜੇ ਤੁਸੀਂ ਇਹਦਾ ਸਾਥ ਦਿਓ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਬਿਲਕੁਲ ਨੋਰਮਲ ਹੋਜੂ, ਸਾਰੇ ਘਰ ਦੇ ਕੰਮ, ਸਾਰੀ ਜ਼ਿੰਮੇਵਾਰੀ ਸਾਂਭਣ ਜੋਗੀ ਹਰਪ੍ਰੀਤ ਹੋਜੂਗੀ, ਪਰ ਇਹਦਾ ਸਾਥ ਦਿਓ ਮੇਰਾ। ਬਾਪੂ ਤਾਂ ਗੱਲ 'ਚ ਕਿਵੇਂ ਬੈਲਟ ਪਾਈ ਹੋਈ ਹੈ ਲੈ ਕੇ ਆਇਆ, ਜੇ ਤੁਸੀਂ ਰਲ ਕੇ ਸਾਥ ਦਿਓ ਤਾਂ ਹਰਪ੍ਰੀਤ ਬਿਲਕੁਲ ਠੀਕ ਹੋਜੂ ਮੇਰੀ ਛੋਟੀ ਭੈਣ। ਪਲੀਜ਼ ਸਾਥ ਦਿਓ ਸਾਡਾ। ਵਾਹਿਗੁਰੂ ਜੀ ਕਾ ਖਾਲਸਾ। ਥੋੜ੍ਹੇ ਹਰਪ੍ਰੀਤ, ਤਕੜੀਆਂ ਭੈਣੇ, ਕੀ ਪ੍ਰੋਬਲਮ ਆਉਂਦੀ ਹੈ ਵੀਰ ਜੀ? ਕਿੰਨੇ ਬੱਚੇ? ਗੁਰੂ ਕਿਰਪਾ ਕਰਨ, ਮਹਾਰਾਜ ਮਿਹਰ ਕਰਨ, ਸਾਡੀ ਭੈਣ ਠੀਕ ਹੋ ਜਾਵੇ। ਸੱਚੇ ਪਾਤਸ਼ਾਹ ਮਿਹਰ ਕਰਨ ਮੇਰੀ ਭੈਣ। ਕੰਮ ਨਹੀਂ ਕਰਦੀ ਸਰ, ਪੁਰਾਣੀਆਂ ਚੀਜ਼ਾਂ ਦੇੜੀਆਂ ਦੇ ਹਾਂ, ਪਿੰਡੋਂ ਅਸੀਂ ਪਿੰਡੋਂ ਪਾਣੀ ਲੈ ਰਹੇ ਹਾਂ, ਪਿੰਡਾਂ ਦੀਆਂ ਗੱਲਾਂ ਆਪਣੀਆਂ। ਪਰ ਹੁਣ ਇਹਨੂੰ ਫੋਨ ਨਹੀਂ ਹੈਗਾ, ਜੇ ਕੋਈ ਫੋਨ ਇੱਕ ਦਿੱਤੇ ਛੋਟਾ ਬਟਨ ਲੈ ਕੇ ਉਹ ਵੀ ਤੋੜਤੇ ਨੇ, ਫਿਰ ਦੂਜਾ ਮੰਗਦੇ ਆ, ਦੂਜਾ ਵੀ ਮੰਗ ਦਿੱਤਾ ਇਸ ਕਰਕੇ। ਹੁਣ ਰਾਤ ਨੂੰ ਹਸਬੈਂਡ ਆ ਕੇ ਪੈਣਾ ਖਾ ਪੀ ਕੇ ਆ ਕੇ ਉਹਦਾ ਫੋਨ ਚੱਕ ਲੈ, ਫਿਰ ਸਾਰੀ ਨਾਲ ਜੇ ਮੈਂ ਨਹੀਂ ਚੁੱਕੂ ਫੋਨ ਤਾਂ ਆਪਦੀ ਮਾਮੀ ਲਾ ਲੂ, ਆਪਦੀ ਮਾਮੀ ਲਾ ਲੂ, ਆਪਦੀ ਆਂਟੀ ਲਾ ਲੂ, ਆਪਦੀ ਚਾਚੀ ਲਾ ਲੂ, ਮਤਲਬ 5-5-6-6 ਬੰਦੇ। ਹੁਣ ਪਤਾ ਵੀ ਸਾਨੂੰ ਤਾਂ ਵੀ ਪਰੇਸ਼ਾਨ ਕਰਨ ਵਾਲੇ ਸੋਦੇ ਬਣੇ, ਨੀਂਦ ਆਉਂਦੀ ਫਿਰ ਤੜਕੇ ਪਈ ਰਹਿੰਦੀ ਹੈ, ਤੜਕੇ ਲੇਟ। ਤੁਹਾਡੇ ਧੋਣ ਤੇ ਕੀ ਹੋ ਗਿਆ? ਮੇਰੀ ਇਹਨੇ ਪਹਿਲਾਂ ਮੈਨੂੰ ਬਹੁਤ ਕੁੱਟਿਆ, ਮੇਰੇ ਕੋਲ 4 ਮਹੀਨੇ ਰਹੀ, ਆਪਦੀ ਮੰਮੀ ਨੂੰ ਬਹੁਤ ਕੁੱਟਿਆ, ਜਿੰਨਾ ਵੀ ਗਿਆ ਜੀ, ਘਰੋਂ ਭੱਜਦੀ ਸੀ, ਧੱਕੇ ਦੇ ਹੁੰਦੀ ਸੀ, ਬੁਰਕ ਵੱਢ ਲਈ ਦਿੱਤਾ ਜਿਹੜੇ ਆ ਗਿਆ। ਤੁਹਾਡੀ ਧੋਣ ਇਹਨੇ ਹਿਲਾਈ? ਬਹੁਤ ਕੁੱਟਿਆ ਮੈਨੂੰ ਪਹਿਲਾਂ, ਹੁਣ ਮਹੀਨਾ ਕੁ ਉਦੋਂ ਮੈਂ ਚਲੋ ਦਵਾਈ ਲੈ ਕੇ,
ਗਲੀ 'ਚ ਖੜ੍ਹੇ ਨੇ ਮੇਰੇ ਆਪਦੇ ਸਹੁਰੇ ਦੇ ਸਾਹਮਣੇ ਇਹੋ ਜਿਹਾ ਮਾਰਿਆ ਥੱਪੜੇ ਦੇ ਕਵਾਸੇ ਕਰਕੇ। ਫਿਰ ਮੈਂ ਲੱਗਿਆ ਮੈਂ ਚਲੋ ਆਪਾਂ ਦਵਾਈ ਲਿਖਣਾ ਕਰ ਸਕਦੇ, ਆਖੇ ਤਾਂ ਜਮਾਂ ਹੀ ਨਹੀਂ ਮਤਲਬ ਕਹਿਣ ਤੋਂ ਭਾਵ ਵੀ ਦਵਾਈ ਮੇਰੇ ਦਵਾਉਂਦੇ ਪਾਉਂਦੇ ਸਾਡੇ ਪਰਿਵਾਰ ਆਪੋਜਿਟ ਸੋਚ ਰਹੀ ਹੈ ਬਿਲਕੁਲ। ਹੁਣ ਦਵਾਈ ਖਾ ਲੈਂਦੇ ਆ ਨਾ ਆਪਦੇ ਆਪਣੀ ਲੈਂਦੀ ਦਵਾਈ ਦਿੰਦਾ ਧੱਕੇ ਨਾਲ ਦੰਨਾ ਮਲ ਕਰਕੇ ਮੈਂ ਨਹੀਂ ਲੈਂਦੀ ਦਵਾਈ। ਕੱਲ੍ਹ ਵੀ ਆਖਿਆ ਮੈਂ ਕੱਲ੍ਹ ਅਸੀਂ ਆਉਣਾ ਸੀ ਕੱਲ੍ਹ ਤੁਹਾਡੇ ਕੋਲ, ਕੱਲ੍ਹ ਹੀ ਅਸੀਂ ਆਏ ਕਰਕੇ ਮੈਂ ਚੱਲ ਚੱਲੀ ਕਹਿੰਦੇ ਮੈਡੀਆਂ ਤੜਕੇ ਨੂੰ ਫੋਨ ਕਰਿਆ ਮੈਂ ਉਹ ਤਾਂ ਤਿਆਰ ਹੋ ਜਾ ਪੱਟਣ ਲੱਗ ਜਾਈ ਮੈਂ ਨਹੀਂ ਜਾਂਦੀ। ਹੁਣ ਤੁਸੀਂ ਸਹੁਰਿਆਂ ਤੋਂ ਲੈ ਕੇ ਆਏ? ਹਾਂ ਮੈਂ ਸਹੁਰਿਆਂ ਤੋਂ ਲੈ ਕੇ ਆਇਆ ਸਵੇਰੇ। ਬਾਬਾ ਜੀ ਮਿਹਰ ਕਰਨਾ ਸਾਡੀ ਵੀ ਭੈਣ ਆ ਛੋਟੀ ਤੁਹਾਡੇ ਨਾਲ ਆ ਤੁਸੀਂ ਥੋੜੇ ਜਿਹਾ ਰੁਕੋ ਇੱਥੇ ਆਪਾਂ ਭੈਣ ਨੂੰ ਇੱਥੇ ਰੱਖ ਕੇ ਠੀਕ ਹੈ ਠੀਕ ਹੈ ਮਹਾਰਾਜ ਮਿਹਰ ਕਰਨਗੇ ਘਬਰਾਓ ਨਾ ਠੀਕ ਹੈ ਇਹਦੇ ਬੱਚਿਆਂ ਦੇ ਨਾਲ ਮਹਾਰਾਜ ਮਿਹਰ ਕਰੇ ਇਹਨੂੰ ਮਿਲਾਈਏ ਆਪਾਂ ਜਿਹੜਾ ਥੋੜਾ ਬਹੁਤਾ ਜਿਹੜਾ ਪਿਆਰ ਉਹਨੂੰ ਘੱਟ ਮਿਲਦਾ ਸਾਡੀ ਬੇਨਤੀ ਕਰਦੇ ਹਾਂ ਭਰਾਵਾ ਤੂੰ ਵੀ ਥੋੜਾ ਸਾਥ ਦੇ ਯਾਰ ਜ਼ਿੰਦਗੀ 'ਚ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਜੇ ਠੀਕ ਨਹੀਂ ਹੈਗੀ ਬੱਚੇ ਇਹਦੇ ਅਤੇ ਇਹਦੀਆਂ ਨਣਦਾਂ ਭਰਜਾਈਆਂ ਭੈਣਾਂ ਭਰਾ ਸਾਰੇ ਜਿਹੜਾ ਸਾਥ ਦਿਓ ਤਾਂ ਬਹੁਤ ਛੇਤੀ ਠੀਕ ਹੋ ਜੂਗੀ। ਸਾਡੀ ਛੋਟੀ ਭੈਣ ਹਰਪ੍ਰੀਤ ਵਾਸਤੇ ਵੀ ਸਾਰੇ ਅਰਦਾਸ ਕਰੇ।